याद पार्टी उड़दी है फलकारी दू ओके सत श्री अकाल दोस्तो, स्वागत है थोड़ा शकीन जट चैनल दे उत्ते। मैं थोड़ा अपना तरन बराड़, अज फिर अपने नाला बई पिंदा डगरू वाला जेड़ा कि शिकार जगत दे नाल जुड़िया होया है। इहदे मामा जी शिंदा धन्ना शहीद वाले जिन्हां दे बहुत पुराने जानवर भजदे आ, ते कुछ कु अपने थोड़े कु जानवरां बारे दस दे पिंदे। ਉਹਨਾਂ ਕੋਲੇ ਹੁੰਦੇ ਹੀ ਆ ਬਈ ਰੋਨਾਲਡੋ ਇੱਕ ਤਾਂ ਓਕੇ ਕਾਲੇ ਰੰਗ ਦਾ ਕੁੱਤਾ ਸੀ, ਫਿਰ ਇੱਕ ਮੈਸੀ ਸੀਗਾ। ਅੱਛਾ ਮੈਸੀ ਚਿਤਰਾ ਡੱਬਾ ਕੁੱਤਾ ਸੀ। ਅੱਛਾ ਫਿਰ ਸਮਾਰਟੀ ਵੱਡੀ ਛੋਟੀ ਓਕੇ। ਹਾਂ ਹੁਣ ਪਿਛਲੇ ਹੁਣ ਭਜਦਾ ਇੰਡੀਅਨ ਕੁੱਤਾ ਹੀ ਉਹਨਾਂ ਦਾ, ਉਹ ਇਕਲੀ 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 ਓਕੇ। ਇੱਕ ਬ੍ਰਾਊਨ ਬੋਏ ਸੀਗਾ 2019 ਚ, ਬਹੁਤ ਮੇਲੇ ਜਿੱਤੇ ਉਹਨੇ, 9-10 ਮੇਲੇ ਜਿੱਤੇ ਕੁੱਤੇ ਨੇ। ਓਕੇ ਓਕੇ। ਫਿਰ ਬਲੈਕ ਮਣੀ ਇੱਥੋਂ ਹੀ ਗਿਆ ਸੀਗਾ ਵੈਨਕੂਵਰ, ਇੱਥੋਂ ਆਪਣੇ ਕੈਨੇਡਾ ਤੋਂ ਹੀ ਗਿਆ ਸੀਗਾ ਵੈਨਕੂਵਰ ਤੋਂ ਹੀ। ਓਕੇ ਓਕੇ ਠੀਕ ਆ। ਰੋਨਾਲਡੋ 90 ਰੁਪਏ ਤੋਂ ਰੱਖਦੇ ਆ ਮਾਮੇ ਇਹ ਕੁੱਤੇ ਤਾਂ। ਠੀਕ ਆ ਠੀਕ ਆ। ਮੈਂ ਕਿਹਾ ਰੋਨਾਲਡੋ ਮੈਸੀ ਫਿਰ ਫੁੱਟਬਾਲ ਦੀ ਟੀਮ ਹੀ ਤਿਆਰ ਕੀ। ਉਹਦੋਂ ਦਿਖਾਈ ਸੀ ਫੋਟੋ ਵੀ ਉਹਨਾਂ ਨਾਲ ਮੇਰੀ। ਹਾਂ ਠੀਕ ਆ ਠੀਕ ਆ। ਬਹੁਤ ਪੁਰਾਣੇ ਰੱਖਦੇ ਆ ਇਸ ਕਰਕੇ ਬਈ। ਪਿੰਦਾ ਯਾਰ ਵੀ ਆਪਣਾ ਸ਼ਿਕਾਰੀ ਜਾਨਵਰਾਂ ਦਾ ਸ਼ੌਂਕ ਰੱਖਦਾ, ਬਸ ਇੱਥੇ ਵੀ ਥੋੜਾ ਜਿਹਾ ਹੀ ਆ, ਕਿਤੇ ਸਰਪ੍ਰਾਈਜ਼ ਦੇਣਾ ਹੀ ਆ ਨਾ ਬਾਈ ਪਿੰਦੇ। ਤਾਂ ਆਪਦੀਆਂ ਸ਼ੁਰੂਆਤਾਂ ਨਵੇਂ ਨਵੇਂ ਉੱਤਰ ਹੀ ਆ ਹਜੇ। ਹਾਂ ਇੱਥੇ ਵੀ ਦੋਸਤੋ ਛੇਤੀ ਮਿਲਾਂਗੇ। ਤੇ ਅੱਜ ਵੀਰੇ ਜਿਹੜੀਆਂ ਆ ਪਾਪਾ ਕਬੂਤਰ ਰੱਖਦੇ ਆ ਉੱਥੇ, ਹਾਂ ਕਬੂਤਰਾਂ ਦਾ ਵੀ ਸ਼ੌਂਕ ਰੱਖਦੇ ਆ ਬਾਈ ਆਪਣੇ ਸ਼ੌਂਕ ਦੀ ਸੀਲ ਕੁੱਕੜ ਕਬੂਤਰ ਉੱਥੇ। ਹਾਂ ਤੇ ਬਾਕੀ ਦੋਸਤੋ ਅੱਜ ਜਿਹੜੀਆਂ ਦੌੜਾਂ ਹੋ ਰਹੀਆਂ ਏ ਉਹ ਹੋ ਰਹੀਆਂ ਏ ਸਰੀ ਦੇ ਵਿੱਚ ਹੀ, ਸਰੀ ਦੇ ਵਿੱਚ ਹੀ ਅੱਜ ਦੌੜਾਂ ਹੋ ਰਹੀਆਂ ਏ। ਇੱਥੇ ਨਵਾਂ ਗਰਾਊਂਡ ਤਿਆਰ ਹੋਇਆ, ਅੱਗੇ ਆਪਾਂ ਐਸਫੋਰਡ ਜਾਂਦੇ ਹੁੰਦੇ ਆ, ਸੋ ਅੱਜ ਦੇਖਦੇ ਆ ਇੱਥੇ ਕਿੱਦਾਂ ਦਾ ਗਰਾਊਂਡ ਆ ਤੇ ਕਿਹੋ ਜਿਹੇ ਆਪਾਂ ਨੂੰ ਅੱਜ ਜਾਨਵਰ ਉੱਥੇ ਦੇਖਣ ਨੂੰ ਮਿਲਦੇ ਆ। ਹੋ ਗਏ ਆਵੇ ਇੱਧਰ ਬਸ ਸਾਰੇ। ਹਾਂਜੀ ਇੱਧਰਲੀ ਸਾਈਡ ਸਨੋ ਆਵੇ ਕਿਵੇਂ ਚੌਂਕਦੀ ਚਿੱਟੀ ਚਿੱਟੀ, ਜ਼ੂਮ ਕਰਕੇ ਦਿਖਾ ਦੂੰ ਫਾਰਮ ਏਰੀਆ ਏ ਬੇਲੀਆਂ ਨੂੰ, ਉਧਰ ਪਹਾੜੀ ਏਰੀਆ ਜਾ ਆ ਜਾਂਦਾ ਏ। ਸੋ ਦੇਖਦੇ ਆ ਦੋਸਤੋ ਕਿੱਦਾਂ ਦੇ ਅੱਜ ਮੁਕਾਬਲੇ ਉੱਥੇ ਹੁੰਦੇ ਆ ਸਰੀ ਦੇ ਵਿੱਚ ਤੇ ਕੀ ਬਣਦਾ ਏ। ਵੀ ਮਿੱਤਰੋ ਪਹੁੰਚ ਗਏ ਆ ਲੋਕੇਸ਼ਨ ਦੇ ਉੱਤੇ ਤੇ ਸਾਰੇ ਸ਼ਿਕਾਰੀ ਭਰਾ ਵੀ ਆ ਰਹੇ ਆ, ਚੱਲਦੇ ਆ ਦੇਖਦੇ ਆ ਅੰਦਰ ਕਿੱਦਾਂ ਦਾ ਗਰਾਊਂਡ ਆ। ਅਜੇ ਮਿੱਤਰੋ ਸੈਟਿੰਗ ਕਰੀ ਜਾਂਦੇ ਆ, ਟਰੈਕ ਸੈੱਟ ਕਰ ਰਹੇ ਆ ਸਾਰੇ। ਵੈਸੇ ਤਾਂ ਜ਼ਿਆਦਾਤਰ ਸ਼ਿਕਾਰੀ ਭਰਾ ਪਹੁੰਚ ਚੁੱਕੇ ਆ ਅਤੇ ਜਾਨਵਰ ਵੀ ਸਾਰੇ ਪਹੁੰਚ ਚੁੱਕੇ ਆ। ਸੋ ਉੱਧਰਲੀ ਸਾਈਡ ਹੈਗੇ ਆ ਜਾਨਵਰ, ਉੱਧਰਲੀ ਸਾਈਡ ਚੱਲਦੇ ਹਾਂ ਅਤੇ ਕਰਦੇ ਹਾਂ ਗੱਲਬਾਤ। ਅਜੇ ਵੈਸੇ ਮੇਰੇ ਹਿਸਾਬ ਨਾਲ ਜਾਨਵਰ ਦਿਖੇ ਵੀ ਨਹੀਂ ਗਏ, ਫਿਰ ਟਾਈਆਂ ਟੂਈਆਂ ਪਹਿਣਗੀਆਂ ਅਤੇ ਸਾਰੀ ਸੈਟਿੰਗ ਬੈਟਿੰਗ ਹੋਊਗੀ। ਇੱਧਰਲੀ ਸਾਈਡ ਵੀ ਖੜ੍ਹੇ ਆ, ਕੀ ਹਾਲ ਆ? ਠੀਕ ਠਾਕ ਹੋ? ਕੀ ਹਾਲ ਆ ਬਾਈ? ਵਧੀਆ ਵਧੀਆ, ਠੀਕ ਠਾਕ ਹੋ? ਇੱਧਰਲੀ ਸਾਈਡ ਅਤੇ ਇੱਧਰਲੀ ਸਾਈਡ, ਹਾਂਜੀ ਹਾਂਜੀ ਟਾਈਗਰ ਗਰੁੱਪ ਵਾਲੇ ਖੜ੍ਹੇ ਆ। ਦੇਖੋ ਮਿੱਤਰੋ ਜਾਨਵਰ ਵਧੀਆ ਵਧੀਆ ਬਾਈ ਅਮਰਤੀ, ਕੀ ਹਾਲ ਚਾਲ? ਠੀਕ ਠਾਕ ਹੋ? ਠੀਕ ਠਾਕ। ਇਹ ਆਪਣਾ ਗਰਾਊਂਡ ਨਵਾਂ ਤਿਆਰ ਹੋਇਆ ਜੀ? ਇਹ ਹਾਂਜੀ ਆਪਣਾ ਵੈਨਕੂਵਰ ਕਲੱਬ ਆ ਜਿਹੜਾ। ਅੱਛਾ ਜੀ ਵੈਨਕੂਵਰ ਕਲੱਬ ਆ ਉਹਨਾਂ ਦਾ ਇਹ ਗਰਾਊਂਡ। ਠੀਕ ਹੈ ਜੀ, ਜਿਵੇਂ ਅੱਗੇ ਐਪ ਸਪੋਰਟ ਹੁੰਦੀਆਂ ਮਹੀਨਿਆਂ ਤੋਂ। ਹਾਂ ਬਾਈ ਹੁਣ ਇਹ ਕੀ ਤਿਆਰ ਕਰਿਆ ਇਹ। ਠੀਕ ਹੈ ਜੀ, ਤੇ ਇਹ ਆਪਣਾ ਮਿੱਕੀ ਮਿੱਕੀ, ਹਾਂਜੀ ਠੀਕ ਹੈ ਜੀ। ਚੈੱਕ ਕਰੋ ਮਿੱਤਰੋ, ਤੇ ਹਲੇ ਤਾਂ ਲਿਖੇ ਵੀ ਨਹੀਂ ਹਨਾ ਜਾਨਵਰ? ਨਹੀਂ ਨਹੀਂ ਹਜੇ ਸ਼ੁਰੂ ਨਹੀਂ ਹੋਇਆ, ਹਜੇ ਤਾਂ ਸ਼ੁਰੂ ਨਹੀਂ ਹੋਇਆ। ਠੀਕ ਹੈ ਜੀ, ਲੱਗ ਜਾਣੇ ਹਜੇ ਮੈਂ ਲੱਭੀ ਮੰਡੀ। ਠੀਕ ਹੈ ਜੀ, ਕੀ ਹਾਲ ਆ ਬਾਈ ਜੀ? ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ? ਠੀਕ ਠਾਕ ਹੋ? ਤੇ ਕਿਵੇਂ ਦਾ ਲੱਗ ਰਿਹਾ ਫਿਰ ਅੱਜ ਨਵਾਂ ਗਰਾਊਂਡ ਆ? ਦੇਖੋ ਕੀ ਬਣਦਾ। ਠੀਕ ਹੈ ਜੀ, ਹਜੇ ਤਾਂ ਜਾਨਵਰ ਆ ਹੀ ਜਾਂਦੇ ਆ ਹਨਾ ਬਾਈ? ਹਾਂਜੀ ਇਹ ਸੀਜ਼ਨ ਦੇ ਵਿੱਚ ਸਰੀ 'ਚ ਮਤਲਬ ਪਹਿਲਾ ਮੇਲਾ ਇਹ ਸਰੀ 'ਚ? ਠੀਕ ਹੈ ਜੀ, ਸਰੀ 'ਚ ਪਹਿਲਾ ਮੇਲਾ ਮਿੱਤਰ ਵੈਨਕੂਵਰ ਕਲੱਬ ਵੱਲੋਂ। ਠੀਕ ਹੈ ਜੀ, ਚਲੋ ਦੇਖਦੇ ਆ ਮਿੱਤਰੋ ਹਜੇ ਜਾਨਵਰ ਸਾਰੇ ਲਿਖੇ ਜਾਣਗੇ, ਫਿਰ ਟਾਈਆਂ ਪੈਣਗੀਆਂ, ਫਿਰ ਦੌੜਾਂ ਸ਼ੁਰੂ ਹੋਣਗੀਆਂ। ਅੱਧਾ ਪੌਣਾ ਘੰਟਾ ਹੈ ਮਿੱਤਰੋ ਗਰਾਊਂਡ ਹੋ ਰਿਹਾ ਹੈ ਹਜੇ ਤਿਆਰ, ਥੋੜ੍ਹਾ ਜਿਹਾ ਸੈਟਿੰਗ ਬੈਟਿੰਗ ਕਰ ਰਹੇ ਆ, ਸੁਹਾਗਾ ਮਾਰ ਰਹੇ ਆ।
ਤੇ ਉਧਰੋਂ ਸ਼ਿਕਾਰੀ ਭਰਾ ਵੀ ਸਾਰੇ ਪਹੁੰਚ ਹੀ ਜਾਂਦੇ ਆ। ਕੇ ਮਗਰ ਸੁਭਾਗਾ ਫਿਰ ਪਾਇਆ ਹੋਇਆ ਹੀ ਆ ਕਿਤੇ। ਤੇ ਦੌੜਾਂ ਹੁੰਦੀਆਂ ਨੇ ਸ਼ੁਰੂ, ਫਿਰ ਕਰਦੇ ਹਾਂ ਵੀਡੀਓ ਗਾਂਹ ਕੰਟੀਨਿਊ। ਲਗਭਗ ਮਿੱਤਰੋ ਸਾਰੇ ਜਾਨਵਰ ਪਹੁੰਚ ਚੁੱਕੇ ਆ ਤੇ ਪਹਿਲੀ ਡੋਰ ਆ ਗਈ ਆ ਵੀਡੀਓ। ਪਹਿਲੀ ਡੋਰ ਆ, ਚੈੱਕ ਕਰੋ। ਇਧਰਲੀ ਸਾਈਡ ਤੋਂ ਸਟਾਰਟਿੰਗ ਪੁਆਇੰਟ ਆ ਤੇ ਇਧਰਲੀ ਸਾਈਡ ਸਾਰੇ ਜਾਨਵਰ। ਸੈਕਿੰਡ ਨੰਬਰ ਦੌੜ ਇੱਧਰਲੀ ਸਾਈਡ ਤੋਂ ਵੀ ਇਹ ਸਟਾਰਟਿੰਗ ਪੁਆਇੰਟ ਆ ਤੇ ਇੱਧਰੋਂ ਡੋਰਾਂ ਛੱਡਦੇ ਆ। ਪਹਿਲੇ ਰਾਊਂਡ ਦੀਆਂ ਡੋਰਾਂ ਹੋ ਰਹੀਆਂ ਨੇ। ਇੱਧਰਲੀ ਸਾਈਡ ਸਾਰੇ ਆਪਣੇ ਸ਼ਿਕਾਰੀ ਵੀਰ ਖੜ੍ਹੇ ਆ, ਕਰਦੇ ਹਾਂ ਗੱਲਬਾਤ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਵਧੀਆ ਜੀ ਵਧੀਆ। ਕਿਹੜਾ ਗਰੁੱਪ ਹੈ ਜੀ ਆਪਣਾ? ਆਇਰਲੈਂਡ ਤੋਂ ਇੰਪੋਰਟ ਹੋਇਆ। ਕੀ ਨਾਮ ਹੈ ਜੀ? ਫਲਾਇੰਗ ਲੈਡ। ਠੀਕ ਹੈ ਜੀ, ਨੈਡ। ਓਕੇ, ਫਲਾਇੰਗ ਨੈਡ ਆ। ਠੀਕ ਹੈ ਜੀ, ਪਹਿਲਾ ਰਾਊਂਡ ਭੱਜ ਚੁੱਕਿਆ। ਠੀਕ ਹੈ ਜੀ, ਚਲੋ ਦੇਖਦੇ ਹਾਂ ਜੀ ਕੀ ਬਣਦਾ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ। ਸੈਡ ਆਪਣੇ ਬਾਈ ਹੁਣੀ ਖੜੇ ਨੇ। ਕੀ ਹਾਲ ਚਾਲ ਆ ਬਾਈ ਜੀ? ਠੀਕ ਠਾਕ ਹੋ? ਕਿਹੜਾ ਜਾਨਵਰ ਹੈ ਜੀ? ਇਹ ਬ੍ਰਦਰ ਕਤੂਰਾ ਹੀ ਆ ਪਾਲਿਆ ਹੋਇਆ। ਕਤੂਰਾ, ਕੀ ਨੇਮ ਹੈ ਜੀ ਇਹਦਾ? ਹਾਂਜੀ, ਕੀ ਨੇਮ ਹੈ ਇਹਦਾ? ਇਹਦਾ ਨਾਮ ਹੈਗਾ ਡਰੇਂਗੋ। ਡਰੇਂਗੋ, ਮੱਝਣ ਵਾਲਾ ਨਾਮ ਹੈਗਾ ਲੈਟ ਮੀ ਗੋ। ਲੈਟ ਮੀ ਗੋ, ਠੀਕ ਹੈ ਜੀ। ਇੰਪੋਰਟਡ ਹੈ ਜੀ ਇਹ? ਹਾਂ, ਇੱਥੋਂ ਮਾਂ ਵੀ ਬਾਹਰ ਲਈ ਸੀ, ਪਿਓ ਵੀ ਤਾਂ ਬਾਹਰ ਲਈ ਆ। ਓਕੇ, ਇਹ ਵੀ ਆਪਣੇ ਗਰੁੱਪ ਨੇ ਬਿਲੋਂਗ ਕਰਦੇ ਜੀ? ਹਾਂ ਹਾਂ, ਆਪਣੇ ਆਪ ਦੇ ਹੀ ਆ, ਸਾਂਝੇ ਹੀ ਆ ਸਾਰੇ ਬੰਦੇ। ਠੀਕ ਹੈ ਜੀ, 13 ਮਹੀਨੇ ਦਾ ਯਾਰ। ਓਕੇ ਜੀ, 13 ਮਹੀਨੇ ਦਾ। ਠੀਕ ਹੈ ਜੀ, ਥੈਂਕ ਯੂ। ਚੈੱਕ ਕਰੋ ਮਿੱਤਰੋ, ਕੀ ਹਾਲ ਚਾਲ ਹੈ ਜੀ? ਕਿਹੜਾ ਗਰੁੱਪ ਹੈ ਜੀ? ਟਾਈਗਰ ਗਰੁੱਪ ਦਾ ਜੀ। ਠੀਕ ਹੈ ਜੀ, ਕਿਹੜਾ ਜਾਨਵਰ ਆ? ਗੁੱਡ ਫਾਈਟਰ। ਗੁੱਡ ਫਾਈਟਰ, ਠੀਕ ਹੈ ਜੀ, ਗੁੱਡ ਫਾਈਟਰ। ਚੈੱਕ ਕਰੋ ਮਿੱਤਰੋ, ਟਾਈਗਰ ਗਰੁੱਪ ਵਾਲਿਆਂ ਦਾ। ਇੰਪੋਰਟਡ ਹੈ ਜੀ? ਠੀਕ ਹੈ ਜੀ, ਚੈੱਕ ਕਰੋ ਮਿੱਤਰੋ ਕੁਆਲਿਟੀ। ਇੱਧਰਲੀ ਸਾਈਡ ਆਪਣਾ ਵਧੀਆ ਵਧੀਆ, ਠੀਕ ਠਾਕ ਹੋ? ਆਪਣਾ ਬਲੂ ਟਾਈਗਰ, ਠੀਕ ਹੈ ਜੀ, ਬਲੂ ਟਾਈਗਰ ਆਪਣਾ ਐਂਕਰ ਮੈਨ। ਠੀਕ ਹੈ ਜੀ, ਪਹਿਲਾ ਰਾਊਂਡ ਭੱਜ ਹਟੇ ਦੋਨੇ? ਪਹਿਲਾ ਰਾਊਂਡ ਕੱਢ ਗਿਆ ਇਹ, ਕੱਢ ਗਿਆ। ਠੀਕ ਆ ਮਿੱਤਰੋ, ਐਂਕਰ ਮੈਨ ਉਸ ਦਿਨ ਫਾਈਨਲ ਦੌੜ ਭੱਜਿਆ ਜਿਹੜਾ ਜਾਨਵਰ। ਸੋ ਅੱਜ ਦੇਖਦੇ ਹਾਂ ਜੀ ਕੀ ਬਣਦਾ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਕਿਹੜਾ ਗਰੁੱਪ ਹੈ ਜੀ ਆਪਣਾ? ਆਪਣਾ ਗਰੁੱਪ ਯਾਦ ਗਰੁੱਪ। ਯਾਦ ਗਰੁੱਪ ਹੈ ਜੀ, ਕੀ ਨਾਮ ਹੈ ਇਸ ਜਾਨਵਰ ਦਾ? ਏਅਰਪੋਰਟ ਐਕਸਪ੍ਰੈਸ। ਓਕੇ ਜੀ, ਏਅਰਪੋਰਟ ਐਕਸਪ੍ਰੈਸ। ਚੈੱਕ ਕਰੋ ਮਿੱਤਰੋ, ਅਜੇ ਜਾਨਵਰ ਪਹਿਲੀਆਂ ਡੋਰਾਂ ਭੱਜ ਰਹੇ ਆ ਤੇ ਬਾਕੀ ਨਵਾਂ ਗਰਾਊਂਡ ਆ, ਨਵੀਂ ਸ਼ੁਰੂਆਤ ਆ। ਅਤੇ ਇੱਧਰ ਬਾਈ ਦੁਆਬਾ ਗਰੁੱਪ ਵਾਲੇ, ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ। ਕਿਹੜਾ ਜਾਨਵਰ ਹੈ ਜੀ ਅੱਜ ਆਪਣੇ ਕੋਲ? ਕੀ ਹਾਲ ਚਾਲ ਹੈ ਜੀ? ਤੇ ਕਿਹੜਾ ਜਾਨਵਰ ਹੈ ਜੀ?
ਜਾਨਵਰ ਕਿਹੜਾ ਜੀ? ਇਹ ਬੀਟੀ ਗਰੁੱਪ ਦਾ ਹਿਟਲਰ। ਹਿਟਲਰ ਠੀਕ ਹੈ। ਅੱਛਾ ਜੀ, ਠੀਕ ਹੈ ਜੀ। ਨਵਾਂ ਹੀ ਇੰਪੋਰਟ ਹੋਇਆ? ਓਕੇ ਜੀ, ਨਵਾਂ ਹੀ ਇੰਪੋਰਟ ਹੋਇਆ ਮਿੱਤਰੋ, ਆਇਰਲੈਂਡ ਤੋਂ। ਹਿਟਲਰ ਹੋਰ ਇੱਧਰਲੀ ਸਾਈਡ ਆ ਜੀ। ਜਾਨਵਰ ਥੋੜ੍ਹੇ ਜਿਹੇ ਥੋੜ੍ਹੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਕਿਹੜਾ ਜਾਨਵਰ ਹੈ ਵੀਰੇ? ਓਕੇ ਜੀ, ਫਲੈਸ਼ ਕਾਲਾ ਇੰਪੋਰਟਡ ਹੈ ਜੀ। ਠੀਕ ਹੈ ਜੀ। ਅੱਛਾ, ਇੱਥੋਂ ਹੀ? ਕੈਨੇਡਾ ਜੀ। ਠੀਕ ਹੈ ਜੀ। ਪਹਿਲਾ ਰਾਊਂਡ ਭੱਜ ਹਟਿਆ ਕੇ ਭੱਜਣਾ ਹੈ? ਓਕੇ, ਦੂਜਾ ਰਾਊਂਡ ਭੱਜ। ਓਕੇ ਜੀ, ਠੀਕ ਹੈ ਜੀ। ਦੇਖੋ ਮਿੱਤਰੋ, ਜਾਨਵਰ ਚੱਸ ਪੂਰੀ ਕਰਦੇ ਆ ਜਦੋਂ ਡੰਮੀ ਉਧਰਲੀ ਸਾਈਡ ਤੋਂ ਛੁੱਟਦੀ ਆ, ਤੇ ਉਦੋਂ ਚੱਸ ਪੂਰੀ ਕਰਦੇ ਆ ਜਾਨਵਰ। ਇੱਧਰਲੀ ਸਾਈਡ ਵੀ ਮਿੱਤਰੋ ਜਾਨਵਰ ਬੈਠੇ ਆ। ਸੋ ਇੱਕ ਤੁਹਾਨੂੰ ਜਾਨਵਰ ਇੱਧਰ ਦਿਖਾਉਣੇ ਆ। ਕੀ ਹਾਲ ਚਾਲ ਹੈ ਜੀ? ਵਧੀਆ ਵਧੀਆ, ਠੀਕ ਠਾਕ ਹੋ? ਠੀਕ ਹੈ ਜੀ। ਕੀ ਹੈ ਜੀ ਇਸ ਜਾਨਵਰ ਦਾ ਨਾਮ? ਰੁਸਤਮ। ਠੀਕ ਹੈ ਜੀ, ਤੇ ਹੁਣ ਇਹਨੇ ਅਗਲੇ ਰਾਊਂਡ ਦੀ ਡੋਰ ਭੱਜਣੀ ਹੈ। ਓਕੇ ਜੀ, ਅਗਲੀ ਰੇਸ ਇਸ ਜਾਨਵਰ ਦੀ ਹੈ ਮਿੱਤਰੋ। ਉਸ ਦਿਨ ਵੀ ਤੁਹਾਨੂੰ ਦਿਖਾਇਆ ਸੀਗਾ ਇਹ ਜਾਨਵਰ ਰੁਸਤਮ। ਚੰਗੇ ਨਾਮਾਂ ਦਾ ਜੇਤੂ ਰਿਹਾ ਪਿਛਲੇ ਮੇਲਿਆਂ ਦੇ ਵਿੱਚ। ਸੋ ਕੁੱਤੇ ਮਤਲਬ ਕਿ ਜ਼ਿਆਦਾਤਰ ਸਾਰੇ ਹੀ ਵਧੀਆ ਹੀ ਆਉਂਦੇ ਨੇ ਇੱਥੇ, ਕਰੀਮ ਹੀ ਆਉਂਦੀ ਆ। ਮੁਕਾਬਲਿਆਂ ਦੇ ਵਿੱਚ ਮੁਕਾਬਲੇ ਪੂਰੇ ਫਸਮੇ ਹੁੰਦੇ ਆ। ਸੋ ਦੇਖਦੇ ਹਾਂ ਮਿੱਤਰੋ ਕੀ ਬਣਦਾ ਅੱਜ ਦੂਜੇ ਰਾਊਂਡ ਦੀ ਪਹਿਲੀ ਦੌੜ ਆ ਮਿੱਤਰੋ। ਰੁਸਤਮ ਐਂਕਰਮੈਨ ਫਸਮਾ ਮੁਕਾਬਲਾ। ਲਾਸਟ ਡੋਰ ਆ ਵੀਰੇ ਆਹ ਰਾਊਂਡ ਦੀ। ਪਟਾ ਲਾਲ ਜਿੱਤ ਗਿਆ ਜੀ। ਇੱਧਰਲੀ ਸਾਈਡ ਵੀਰੇ ਜਿਹੜੀਆਂ ਹੁੰਦੀਆਂ ਆ ਆਪਣੀਆਂ ਸ਼ੋਅ ਵਾਲੀਆਂ ਦੌੜਾਂ, ਜਾਂ ਜਿਹਨੂੰ ਪ੍ਰੈਕਟਿਸ ਵਾਲੇ ਟਰੈਕ ਕਹਿ ਦਿੰਦੇ ਆ ਉਹ ਚੀਜ਼, ਅਤੇ ਇੱਧਰਲੀ ਸਾਈਡ ਆਪਣੇ ਵੈਨਕੂਵਰ ਕਲੱਬ ਵਾਲੇ ਬਾਈ ਖੜ੍ਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਠੀਕ ਹੈ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਇਕਬਾਲ ਧਾਲੀਵਾਲ ਜੀ। ਠੀਕ ਹੈ ਜੀ, ਆਪਣਾ ਕਿਹੜਾ ਕਲੱਬ ਹੈ ਜੀ ਕਲੱਬ ਬਾਰੇ? ਵੈਨਕੂਵਰ ਗ੍ਰੇਹਾਉਂਡ ਕਲੱਬ। ਠੀਕ ਹੈ ਜੀ, ਵੈਨਕੂਵਰ ਗ੍ਰੇਹਾਉਂਡ ਕਲੱਬ, ਜਿਹੜਾ ਅੱਜ ਇਹ ਗਰਾਊਂਡ ਹੈ ਜੀ ਸਰੀ ਦੇ ਵਿੱਚ ਤਿਆਰ ਹੋਇਆ, ਇਹਦੇ ਬਾਰੇ ਦੱਸ ਦਿਓ ਜੀ। ਇਹ ਗਰਾਊਂਡ ਜੀ ਇਹ ਵੈਨਕੂਵਰ ਗ੍ਰੇਹਾਉਂਡ ਕਲੱਬ ਨੇ ਸਰੀ 'ਚ ਤਿਆਰ ਕੀਤੀ ਆ, ਅਤੇ ਅੱਜ ਮੇਲਾ ਵੀ ਅੰਡਰ ਵੈਨਕੂਵਰ ਗ੍ਰੇਹਾਉਂਡ ਕਲੱਬ ਦੇ ਆ। ਠੀਕ ਹੈ ਜੀ, ਪਹਿਲਾ ਮੇਲਾ ਹੈ ਜਿਹੜਾ ਸਰੀ ਦੇ ਵਿੱਚ ਹੋ ਰਿਹਾ? ਹਾਂਜੀ, ਪਹਿਲਾ ਮੇਲਾ ਆਹ ਸੀਜ਼ਨ ਦਾ ਪਹਿਲਾ ਮੇਲਾ। ਆਹ ਸੀਜ਼ਨ ਦਾ? ਹਾਂਜੀ, ਪਿਛਲੇ ਸਾਲ ਵੀ ਹੁੰਦੇ ਰਹੇ ਆ। ਠੀਕ ਹੈ ਜੀ, ਉਹ ਦੂਜੀ ਗਰਾਊਂਡ 'ਚ ਹੁੰਦੇ ਰਹੇ ਆ। ਠੀਕ ਹੈ ਜੀ, ਇਸ ਗਰਾਊਂਡ 'ਚ ਪਹਿਲਾ ਮੇਲਾ ਹੀ ਸੀਜ਼ਨ ਦਾ ਹੀ। ਠੀਕ ਹੈ ਜੀ, ਅਸੀਂ ਸਾਰੇ ਵੈਨਕੂਵਰ ਗ੍ਰੇਹਾਉਂਡ ਕਲੱਬ ਵੱਲੋਂ ਜਿੰਨੇ ਵੀ ਸ਼ਿਕਾਰੀ ਵੀਰ ਆਏ ਆ, ਜਿੰਨੇ ਸੱਜਣ ਦੇਖਣ ਵੀ ਆਏ ਆ, ਆਪਣੇ ਜਾਨਵਰ ਲੈ ਕੇ ਆਏ, ਸਾਰਿਆਂ ਨੂੰ ਜੀ ਆਇਆਂ ਆਖਦੇ ਆ ਤੇ ਧੰਨਵਾਦ ਕਰਦੇ ਆ। ਉਹ ਆਪਣੇ ਜਾਨਵਰ ਲੈ ਕੇ ਸਾਡੇ ਗਰਾਊਂਡ 'ਚ ਇੱਥੇ ਆ ਪਾਰਟਿਸਪੇਟ ਕਰਨ ਆਏ ਆ, ਸਾਰਾ ਧੰਨਵਾਦ ਜੀ। ਮਿੱਤਰੋ ਨੈਕਸਟ ਰਾਊਂਡ ਹੋ ਗਿਆ ਸਟਾਰਟ। ਦੇਖੋ ਜਾਨਵਰ ਆਪਣੀ ਸਾਈਡ ਹੈਗਾ ਐਂਕਰਮੈਨ। ਅਗਲੀ ਦੌੜਾ ਦੋਸਤੋ, ਅਤੇ ਉਹ ਪਰਲੀ ਸਾਈਡ ਹੈਗੀ ਆ, ਨੋ ਪ੍ਰੋਬਲਮ। ਚੱਕੋ ਜੀ ਪਟਾ ਲਾਲ ਜੇਤੂ ਇਸ ਰਾਊਂਡ ਦੀ ਬਾਈ ਵਾਲੀ ਰੇਸ ਆ ਮਿੱਤਰੋ। ਇਸ ਤੋਂ ਬਾਅਦ ਫਿਰ ਰੈਸਟ ਆ, ਹੁਣੇ ਆ ਫਸਮੇ ਮੁਕਾਬਲੇ। ਮਿੱਤਰੋ
ਪੂਰਾ ਰੌਣਕ ਮੇਲਾ ਲੱਗਿਆ ਹੋਇਆ। ਜਗਿੰਦਰ ਵਾਲ ਮੇਰਾ ਬਹੁਤ ਪਿਆਰਾ ਦੋਸਤ ਆ, ਇੱਧਰ ਸਾਡੇ ਮੇਰੇ ਵੀਰ ਖੜੇ ਨੇ ਧੰਨਾ ਭਾਜੀ, ਇਹ ਵੀ ਸਾਰੇ ਰਕਬੇ ਦੇ, ਸਾਰਿਆਂ ਨੂੰ ਵਧਾਈਆਂ, ਜਿੰਨੇ ਵੀ ਮੈਨੂੰ ਦੇਖਦੇ ਆ ਤੁਹਾਨੂੰ ਭਾਜੀ ਸਭ ਨੂੰ ਵਧਾਈਆਂ। ਬਈ ਗੁਣਾਗਾਰ ਬੰਦਾ ਕਦੇ ਨਾ ਬਣਦਾ, ਜੇ ਤੂੰ ਸੋਹਣੀਆਂ ਸੂਰਤਾਂ ਧਰਦਾ ਨਾ ਹੋ ਫਿਰ ਵੀ ਕੋਈ ਨਾ ਕੋਈ ਸ਼ੱਕ ਰਹਿ ਜਾਂਦਾ, ਜੇ ਤੂੰ ਆਪ ਇਹਨਾਂ ਵਿੱਚ ਵੜਦਾ ਨਾ। ਉਹ ਮਣਾ ਮੂਹੀ ਰੂਪ ਦਾ ਗਮਾਨ ਕਰਦੀ ਨੀ ਤੈਨੂੰ ਤੱਕਣਾ ਵੀ ਨਹੀਂ, ਕਿੱਡੀ ਕਿ ਤੂੰ ਸੋਹਣੀ ਐਡਾ ਮਾਣ ਕਰਦੀ ਨੀ ਤੈਨੂੰ ਤੱਕਣਾ ਵੀ ਨਹੀਂ, ਕਿੱਡੀ ਕਿ ਤੂੰ ਸੋਹਣੀ ਐਡਾ ਮਾਣ ਕਰਦੀ ਨੀ ਤੈਨੂੰ ਤੱਕਣਾ ਵੀ ਨਹੀਂ। ਤੇਰੇ ਨਾਲੋਂ ਕਿਤੇ ਵੱਧ ਪਈਆਂ ਸੋਹਣੀਆਂ, ਤੂੰ ਐਡੀ ਚੜੀ ਹੂਰਨੀ, ਚੰਨਦੀ ਐ ਚਿੱਟੀ ਐ ਕਿ ਜਾਣੇ ਪਿਆਰ ਨੂੰ ਜਾਂ ਭਾਜਾ ਹੋਇਆ ਦੂਰਨੀ। ਇਸ ਤੋਂ ਬਾਅਦ ਫਾਈਨਲ ਦੌੜ ਆ ਜੀ, ਉਹ ਦਿਖਾਉਣੇ ਆ ਤੁਹਾਨੂੰ। ਦਿਖਾਉਣੇ ਆ ਮਿੱਤਰੋ ਜਿਹੜੇ ਦੋ ਜਾਨਵਰ ਹੁਣ ਰਹਿ ਗਏ ਆ ਫਾਈਨਲ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆ ਜੀ ਇਸ ਜਾਨਵਰ ਦਾ? ਗੁੱਡ ਫਾਈਟਰ ਹੈ ਜੀ, ਟਾਈਗਰ ਗਰੁੱਪ ਦਾ ਜੀ। ਠੀਕ ਹੈ ਜੀ ਮਿੱਤਰੋ, ਟਾਈਗਰ ਗਰੁੱਪ ਦਾ ਗੁੱਡ ਫਾਈਟਰ ਕੁੱਤਾ ਜੀ, ਚੈੱਕ ਕਰੋ ਫਾਈਨਲ ਦੇ ਵਿੱਚ ਆ। ਅਤੇ ਇਸ ਦੇ ਨਾਲ ਜਿਹੜਾ ਦੂਸਰਾ ਜਾਨਵਰ ਆ ਉਹ ਵੀ ਤੁਹਾਨੂੰ ਦਿਖਾਉਣੇ ਆ, ਅਤੇ ਦੇਖਦੇ ਹਾਂ ਮੁਕਾਬਲਾ ਕੀ ਬਣਦਾ। ਅਤੇ ਜਿਹੜਾ ਦੂਸਰਾ ਜਾਨਵਰ ਹੈ ਜੀ ਫਾਈਨਲ ਦੇ ਵਿੱਚ, ਉਸ ਕੁੱਤੇ ਦੇ ਨਾਲ ਭੱਜਣਾ ਏ, ਉਹ ਇੱਧਰਲੀ ਸਾਈਡ ਆ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਜੀ ਇਸ ਜਾਨਵਰ ਦਾ? ਫਲਾਇੰਗ ਨੈੱਡ। ਫਲਾਇੰਗ ਨੈੱਡ ਹੈ ਜੀ, ਠੀਕ ਹੈ ਜੀ, ਫਲਾਇੰਗ ਨੈੱਡ ਇੰਪੋਰਟਡ ਹੈ ਜੀ। ਠੀਕ ਹੈ, ਇੰਪੋਰਟਡ ਜਾਨਵਰ ਹੈ ਜੀ, ਪਹਿਲਾਂ ਵੀ ਇਸ ਦੀ ਵੀਡੀਓ ਆਪਾਂ ਬਣਾ ਚੁੱਕੇ ਹਾਂ। ਸੋ ਦੇਖਦੇ ਹਾਂ ਜੀ ਗੱਲ ਕਿੱਥੇ ਬਣਦੀ ਹੈ, ਹੁਣ ਫਾਈਨਲ ਦੌੜ ਹੈ ਅਤੇ ਦਿਖਾਉਣੇ ਆ ਮਿੱਤਰੋ ਤੁਹਾਨੂੰ ਮੁਕਾਬਲਾ। ਭਾਈ ਜੀ ਗੱਲ ਇਹ ਆ, ਹਾਂਜੀ ਬਈ, ਬਹੁਤ ਧੰਨਵਾਦ ਤੁਹਾਡਾ ਜਿੰਨੇ ਵੀ ਚੈਨਲ ਨੂੰ ਦੇਖਦੇ ਹੋ। ਹਾਂਜੀ ਬਈ, ਇਹ ਕੁੱਤਾ ਸਾਡੇ ਸਿੱਧੂ ਸਾਹਿਬ ਅਤੇ ਬਲ ਸਾਹਿਬ ਦਾ ਸਾਂਝਾ ਆ ਕੁੱਤਾ। ਠੀਕ ਹੈ ਜੀ, ਅਤੇ ਇਹਨਾਂ ਨੂੰ ਦੋਨਾਂ ਨੂੰ ਸਾਰੇ ਪਿੰਡ ਵੱਲੋਂ, ਸਾਡੇ ਰਾਕਵੇ ਵੱਲੋਂ, ਸਾਰੇ ਪਿੰਡ ਵੱਲੋਂ ਸੂਰਤ ਵੀ ਦੀ ਆਹਿਰ ਦੀ ਆਲਾ ਵੇਖ ਗੋਰਖਾ ਉੜਦੀ ਏ ਫਲਕਾਰੀ। ਸਿੱਧੂ ਓਕੇ। ਇੱਧਰਲੇ ਪਾਸੇ ਮਿੱਤਰੋ ਫਾਈਨਲ ਦੌੜ ਆ, ਅਤੇ ਗੁੱਡ ਫਾਈਟਰ ਆ ਨਾਲ ਫਲਾਇੰਗ ਨੈੱਡ ਆ। ਦੇਖੋ ਜੀ ਮੁਕਾਬਲਾ। ਲਾਲ ਪਟਾਈ ਜਸ਼ਨ ਸੀਵੀਆ ਦਾ ਕੁੱਤਾ ਗੋਲਡ ਫਿਲਟਰ ਡੱਬਾ ਜਿੱਤ ਗਈ। ਮਿੱਤਰੋ ਹੁਣ ਵਾਪਸੀ ਆ, ਨੈਕਸਟ ਦੌੜਾਂ ਦੇ ਉੱਤੇ ਠੀਕ ਹੈ ਜੀ ਮਿਲਾਂਗੇ, ਫਿਰ ਬਣਾਵਾਂਗੇ ਵੀਡੀਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਡੇ ਤੱਕ ਹਰ ਵੀਡੀਓ ਪਹੁੰਚ ਸਕੇ। ਹੁਣ ਆਪਾਂ ਕਬੂਤਰਬਾਜ਼ੀ ਦੀਆਂ ਵੀ ਥੋੜ੍ਹੀਆਂ ਜਿਹੀਆਂ ਵੀਡੀਓ ਕਰਾਂਗੇ, ਹੋਰ ਘੋੜਿਆਂ ਦੀਆਂ ਵੀ ਵੀਡੀਓ ਕਰਾਂਗੇ। ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ, ਚੱਲਦੇ ਹਾਂ ਘਰਾਂ ਨੂੰ। ਧੰਨਵਾਦ ਜੀ ਸਾਰਿਆਂ ਦਾ।